ਸਲਾਮ ਅਲੈਕੁਮ ਜੀ ਨਾਜ਼ਰ, ਕੀ ਹਾਲ ਚਾਲ ਹੈ ਤਮਾਮ ਵਾਲੇਕੁਮ ਦੋਸਤਾਂ ਦਾ? ਸਲਾਮ ਮੈਂ ਜੀ, ਤੁਹਾਡਾ ਸੱਜਣ ਅਤੇ ਮਿੱਤਰ ਅਰਬਾਜ਼ ਸਾਦਿਕ, ਅਤੇ ਅੱਜ ਅਸੀਂ ਮੌਜੂਦ ਹਾਂ ਉਸਤਾਦ ਬਾਬਾ ਸੂਫੀ ਸਾਹਿਬ ਕੋ, ਸਨ ਆਫ ਲੈਜੈਂਡ ਮੌਲਾ ਜੱਟ। ਮਾਸ਼ਾਅੱਲਾ, ਬੜੇ ਅੱਛੇ ਇਨਸਾਨ ਨੇ, ਬੜੇ ਅੱਛੇ ਅਖਲਾਕ ਦੇ ਮਾਲਿਕ ਹੈਗੇ ਨੇ, ਔਰ ਸਾਡੇ ਬਜ਼ੁਰਗ ਉਸਤਾਦ ਨੇ, ਔਰ ਸਾਰੀ ਉਮਰ ਗੁਜ਼ਰ ਗਈ ਇਹਨਾਂ ਦੀ ਕਬੂਤਰਬਾਜ਼ੀ, ਕਬੂਤਰ ਪਰਵਰੀ ਦੇ ਵਿੱਚ। ਇੱਕ ਇਹਨਾਂ ਦਾ ਮੋਨੋਗ੍ਰਾਮ ਹੈ, ਇਹਨਾਂ ਦਾ ਮਾਰਕ ਹੈਗਾ ਲੱਖੇ ਸੁਰਖੇ ਕਬੂਤਰ, ਸੁਰਖੀਆਂ ਦੇ ਨਾਮ ਤੋਂ ਇਹ ਜਾਣੇ ਜਾਂਦੇ ਨੇ, ਮਸ਼ਹੂਰ ਹੈਗੇ ਨੇ ਆਪਣੇ ਇਲਾਕੇ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ। ਇਹਨਾਂ ਨੂੰ ਸੁਰਖੀਆਂ ਦੇ ਨਾਂ ਤੋਂ ਇਹ ਜਾਣੇ ਪਹਿਚਾਣੇ ਜਾਂਦੇ ਨੇ। ਇਹਨਾਂ ਜਿਹੜਾ ਮੋਨੋਗ੍ਰਾਮ ਹੈ, ਜਿਹੜੇ ਇਹਨਾਂ ਦਾ ਘਰ ਦਾ ਬ੍ਰਾਂਡ ਹੈ, ਉਹ ਸੁਰਖੇ ਕਬੂਤਰ ਨੇ, ਔਰ ਸੁਰਖੇ ਕਬੂਤਰ ਵੀ ਆਮ ਕਬੂਤਰ ਨਹੀਂ ਹੈਗੇ, ਉਹ ਇੰਡੀਅਨ ਕਬੂਤਰ ਨੇ। ਇਹਨਾਂ ਦਾ ਜਿਹੜਾ ਪਿਛਲਾ ਪਿੰਡ ਸੀ ਅੰਮ੍ਰਿਤਸਰ, ਜ਼ਿਲ੍ਹਾ ਹੁਸ਼ਿਆਰਪੁਰ, ਸ਼ਾਮ 84, ਉੱਥੋਂ ਦੇ ਕਬੂਤਰ ਹੈਗੇ ਨੇ, ਔਰ ਉੱਥੋਂ ਹੀ ਆਏ ਹੋਏ ਨੇ। ਔਰ ਬਾਬਾ ਜੀ ਨੇ ਬੜੇ ਦੇਰ ਤੋਂ ਆਪਣੇ ਗਾਲਾਂ ਲਾ ਕੇ ਰੱਖੇ ਹੋਏ ਨੇ, ਸਾਂਭੇ ਹੋਏ ਨੇ। ਔਰ ਇਹਨਾਂ ਦੇ ਬੇਟਾ ਮੇਰੇ ਖਿਆਲ ਨਾਲ ਤੁਹਾਡਾ ਵੱਡਾ ਲਿਆਇਆ ਸੀ ਕਬੂਤਰ, ਵੱਡਾ ਮੁੰਡਾ ਲਿਆਇਆ ਸੀ, ਔਰ ਉਹ ਉੱਥੋਂ ਕਬੂਤਰ ਲਿਆਇਆ ਸੀ। ਉਦੋਂ ਦੇ ਇਹਨਾਂ ਨੇ ਕੋਈ 25-30 ਸਾਲ ਹੋ ਗਏ ਹੋਣੇ ਨੇ, ਇਸ ਗੱਲ ਨੂੰ ਵੀ 40 ਸਾਲ ਹੋ ਗਏ ਨੇ, ਉਦੋਂ ਦੇ ਇਹਨਾਂ ਨੇ ਸੰਭਾਲੇ ਹੋਏ ਨੇ। ਬਾਜ਼ੀਆਂ ਦਾ ਸ਼ੌਕ ਵੀ ਬੜੇ ਜੋਸ਼ ਔਰ ਵਲਵਲੇ ਨਾਲ ਕਰਦੇ ਰਹੇ ਨੇ ਜਦੋਂ ਕਰਦੇ ਸੀ ਸ਼ੌਕ, ਅਤੇ ਆਪਣੇ ਇਲਾਕੇ ਦੇ ਵਿੱਚ ਵੀ ਬੜਾ ਅੱਛਾ ਇਹਨਾਂ ਨੇ ਟੂਰਨਾਮੈਂਟਸ ਵੀ ਉਡਾਏ, ਸ਼ੌਕ ਵੀ ਕੀਤਾ, ਬਾਜ਼ੀਆਂ ਵੀ ਉਡਾਈਆਂ, ਪਿਆਰੇ ਵੀ ਉਡਾਏ। ਉਸਤਾਦ ਇੱਕ ਲੈਜੈਂਡ ਉਸਤਾਦ ਹੋਏ ਨੇ, ਉਸਤਾਦ ਮੌਲਵੀ ਜੀਰਾ ਸਾਹਿਬ, ਉਹਨਾਂ ਦੇ ਇਹ ਸ਼ਾਗਿਰਦ ਨੇ, ਉੱਥੋਂ ਹੀ ਇਹ ਉਸਤਾਦ ਹੋਏ ਹੋਏ ਨੇ, ਔਰ ਸਾਰੀ ਉਮਰ ਇੱਕੋ ਹੀ ਉਸਤਾਦ ਦੇ ਸ਼ਾਗਿਰਦ ਰਹੇ ਨੇ, ਉੱਥੋਂ ਹੀ ਉਸਤਾਦੀ ਲੈ ਕੇ, ਅਤੇ ਇਹਨਾਂ ਨੇ ਆਪਣੀ ਲੈਗੇਸੀ ਜਾਰੀ ਕੀਤੀ ਹੋਈ ਹੈ। ਅੱਜ ਅਸੀਂ ਇਹਨਾਂ ਕੋਲ ਮੌਜੂਦ ਹਾਂ, ਇਹਨਾਂ ਕੋਲ ਨੁਸਖਾ ਜਾਤ ਪੁੱਛਾਂਗੇ, ਸੰਭਾਲਣ ਦਾ ਪੁੱਛਾਂਗੇ, ਕਿਸ ਤਰ੍ਹਾਂ ਕਬੂਤਰ ਨੂੰ ਸੰਭਾਲਣਾ, ਕਿਸ ਤਰ੍ਹਾਂ ਖਵਾਉਣਾ, ਕਿਸ ਤਰ੍ਹਾਂ ਬਣਾਉਣਾ, ਟ੍ਰੇਨਿੰਗ ਦਾ ਕੀ ਅਮਲ ਹੈਗੀ ਹੈ, ਕੀ ਅਮਲ ਹੈਗਾ, ਔਰ ਇਹ ਸੁਰਖੀਆਂ ਦਾ ਕੀ ਫੰਕਸ਼ਨ ਹੈਗਾ ਕਬੂਤਰਬਾਜ਼ੀ ਦੇ ਵਿੱਚ। ਅਤੇ ਚੱਲੀਏ ਉਸਤਾਦ ਨਾਲ ਤੱਕ ਗੁਫ਼ਤਗੂ ਦਾ ਆਗਾਜ਼ ਕਰੀਏ। ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਅਸਲਾਮ। ਬਜ਼ੁਰਗੋ, ਕੀ ਹਾਲ ਚਾਲ ਹੈ? ਖੈਰ, ਅੱਲਾ ਦਾ ਸਾਨ ਸਭ। ਰਾਜ਼ੀ ਹੋ? ਉਮਰ ਲੰਘਦੀ ਪਈ ਹੈ? ਲੰਘੀ, ਮੌਤ 'ਚ ਹੈਗੇ ਹੋ ਹੁਣ ਥੋੜ੍ਹੀ ਹੈ। ਮਾਸ਼ਾ ਅੱਲਾ ਪਾਕ ਤੁਹਾਨੂੰ ਲੰਬੀ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇ। ਮੰਗਣੀ ਨਹੀਂ, ਸਾਹ ਬੜਾ ਚੜ੍ਹਦਾ ਯਾਰ। ਕਿਆ ਬਾਤ ਹੈ! ਅੱਛਾ ਬਜ਼ੁਰਗੋ, ਬੜੀ ਅਰਸੇ ਤੋਂ ਤੁਸੀਂ ਲੱਖੇ ਕਬੂਤਰ ਰੱਖੇ ਹੋਏ ਨੇ, ਹਾਂਜੀ, ਇਹਨਾਂ 'ਚ ਕਦੀ ਦੂਸਰੇ ਤੀਸਰਾ ਮੇਲ ਨਹੀਂ ਪਾਇਆ? ਬਸ ਪੈਂਦਾ ਪੁੰਦਾ ਰਹਿੰਦਾ ਵਿੱਚ, ਹੁਣ ਫੜੇ ਫੜਾਏ ਵੀ ਵਿੱਚ ਆ ਜਾਂਦੀਆਂ ਨੇ, ਕੋਈ ਮਾਦੀਆਂ 2 ਏਕੜ ਰੱਖ ਲਈਦੀਆਂ ਨੇ। ਪਾ ਲੈਂਦੇ ਹੋ ਮੇਲ? ਹਾਂ, ਪਾ ਲੈਂਦੇ ਹਾਂ, ਪਾ ਲਿਆ। ਅਤੇ ਆ ਚੀਨੇ ਵਿੱਚੋਂ ਨਿਕਲੇ ਨੇ, ਚੀਨੇ ਹਰੇ ਚੀਨੇ ਨਿਕਲੇ ਨੇ, ਸੁਰਖੇ ਚੀਨੇ ਨਿਕਲੇ ਨੇ। ਜ਼ਿਆਦਾ ਕਿਸ ਤਰ੍ਹਾਂ ਦਾ ਮੇਲ ਮਨਾਉਂਦੇ ਨੇ? ਜਿਹੜਾ ਮਰਜ਼ੀ ਸਮਝ 'ਚ ਆ ਜਾਏ ਪਾ ਲਵੋ, ਉੱਥੇ ਕੀ ਹੈ, ਇਹਨਾਂ ਦੀ ਕਿਹੜੀ ਐਡੀ ਰਮ ਹੈ ਜੇ ਪਤਾ ਤੁਰ ਤੇ ਇਹਨਾਂ ਦਾ ਹੈਗਾ ਨਹੀਂ। ਅੱਲਾ ਦੀ ਮਖਲੂਕ ਜਾਨਵਰ ਨੇ, ਹੈ ਬਾਈ, ਪਤਾ ਤਾਂ ਇਹਨਾਂ ਦਾ ਕਿਸੇ ਨੂੰ ਵੀ ਨਹੀਂ ਗਿਆ। ਮੈਂ ਬਸ ਲੋਕੀ ਲਾਫਾ ਮਾਰਦੇ, ਆਹ ਨਹੀਂ ਉਹ ਫਲਾਣੇ ਅਤੇ ਆਹ ਟਿੰਕੜੇ ਨਹੀਂ। ਸਹੀ ਗੱਲ ਹੈ, ਅੱਲਾ ਦੀ ਮਖਲੂਕ ਇਹ ਵੀ ਸਾਡੇ ਵਾਂਗੂ ਜਿਵੇਂ ਚੰਗੇ ਮਾੜੇ ਇਨਸਾਨ ਨੇ, ਉਵੇਂ ਹੀ ਇਹ ਜਾਨਵਰ ਵੀ ਚੰਗੇ ਮਾੜੇ ਨੇ। ਅੱਜ ਮਾਸ਼ਾਅੱਲਾ ਮੁਦੱਸਰ ਭਾਈ ਵੀ ਸਾਡੇ ਨਾਲ ਨੇ, ਹਾਂਜੀ, ਸਾਊਦੀਆ ਤੋਂ ਆ ਗਏ ਨੇ ਮਾਸ਼ਾਅੱਲਾ, ਬੜੇ ਖੈਰ ਤਬੀਅਤ ਨਾਲ ਆਏ ਨੇ, ਹਾਂਜੀ, ਅੱਲਾ ਤੁਹਾਨੂੰ ਮਿਲਣ ਨੂੰ ਦਿਲ ਕਰਦਾ। ਸਹੀ ਗੱਲ ਹੈ, ਔਰ ਮੁਦੱਸਰ ਭਾਈ ਹਮੇਸ਼ਾ ਬੁਲਾਉਂਦੇ ਨੇ ਸਾਨੂੰ। ਅਤੇ ਮੁਦੱਸਰ ਭਾਈ, ਤੁਹਾਡੇ ਨਾਲ ਸਵਾਲ ਹੈ, ਉੱਥੇ ਵੀ ਗਏ ਨੇ ਤੁਹਾਡੇ ਕਬੂਤਰ ਸਾਊਦੀਆ, ਜਾਂ ਇੱਥੇ ਫਿਲਹਾਲ ਪਾਕਿਸਤਾਨ ਦੇ ਵਿੱਚ ਵਿੱਚ ਨੇ? ਨਹੀਂ ਨਹੀਂ, ਪਾਕਿਸਤਾਨ 'ਚ ਹੀ ਹੈ, ਸਾਊਦੀਆ ਨਹੀਂ, ਮੈਂ ਸ਼ੌਕ ਕਰਦਾ, ਉੱਥੇ ਮਜ਼ਦੂਰੀ ਕਰੀਦੀ ਹੈ, ਅਤੇ ਇੱਥੇ ਇੱਕ ਸਾਡਾ ਮੇਰੇ ਅੱਬੂ ਦਾ ਦੋਸਤ ਬਣਿਆ ਇੱਕ, ਆਸ਼ਕ ਫੈਸਲਾਬਾਦ ਵਾਲੀ ਸਾਈਡ ਦਾ ਨਾ, ਹਾਂਜੀ, ਉਹ ਨਾਂ ਹੁਣ ਭੁੱਲ ਗਿਆ, ਸਈਆਂ ਵਾਲਾ ਕੋਈ ਇੰਟਰਚੇਂਜ ਹੈ ਉੱਥੋਂ ਦਾ, ਉਹਦੇ ਕੋਲ ਗਏ ਨੇ ਸਾਡੇ ਕਬੂਤਰ। ਅੱਛਾ, ਐਰਕਾ ਗਏ ਨੇ? ਉਸ ਤੋਂ ਪਹਿਲੇ ਕਿਤੇ ਨਹੀਂ ਗਏ? ਨਹੀਂ, ਉਸ ਤੋਂ ਪਹਿਲਾਂ ਤੇ ਬੜੀਆਂ ਜਗ੍ਹਾ ਤੇ ਗਏ ਨੇ, ਪਿੰਡੀ ਗਏ ਨੇ, ਜ਼ੇਲਮ ਗਏ ਨੇ। ਪਿੰਡੀ ਬੜੇ ਅੱਛੇ ਉੱਡੇ ਜੇ, ਹਾਂ, ਪਿੰਡੀ ਵਾਲੇ ਤੇ ਅਜੇ ਵੀ ਤਰਲੇ ਲੈਂਦੇ ਨੇ। ਮੇਰਾ ਦੋਸਤ ਸ਼ੇਖ ਸ਼ਾਨ, ਉਹਦੇ ਕੋਲ ਕਬੂਤਰ ਨੇ ਸੁਰਖੇ ਸਾਡੇ, ਹਾਂ, ਉਹਨੇ ਉਹਦੇ ਕੋਲ ਆਪਣੇ ਵੀ ਬੜੇ ਅੱਛੇ ਕਬੂਤਰ ਨੇ, ਆਪਣੇ ਵੀ ਬਹੁਤ ਅੱਛੇ ਹੈਗੇ ਨੇ। ਮਾਈਕ ਥੋੜਾ ਉੱਤੇ ਕਰ। ਅੱਛਾ, ਕੋਈ ਗੱਲ ਨਹੀਂ, ਸੁਰਖੇ ਵੀ ਗਏ ਨੇ? ਸੁਰਖੇ ਹੀ ਗਏ ਨੇ ਬਹੁਤ। ਅੱਛਾ, ਵਾਪਸੀਆਂ ਵੁਪਸੀਆਂ ਨਾਲ ਬਹੁਤ ਹੈਗੀ ਵਾਪਸੀਆਂ? ਪਿੰਡੀ ਦਾ ਮੌਸਮ ਬਹੁਤ ਡੈਂਜਰਸ ਹੈ, ਉੱਥੇ ਕਬੂਤਰ ਜਿਹੜਾ ਨਾ ਜ਼ਿਆਦਾ ਪ੍ਰਵਾਦ ਬੇਸ਼ੱਕ ਨਾ ਹੋਵੇ, ਪਰ ਵਾਪਸੀ ਹੋਣੀ ਚਾਹੀਦੀ। ਉੱਥੇ ਸ਼ੇਖ ਸ਼ਾਨ ਨੇ ਦੱਸਿਆ ਮੈਨੂੰ, ਮੈਂ ਦੇਖਿਆ ਤਾਂ ਨਹੀਂ, ਉਹਨੇ ਆਖਿਆ ਸੀ ਕਿ ਕਬੂਤਰ ਤੁਹਾਡਾ ਨਾ ਸ਼ਾਮ ਨੂੰ ਬਹਿ ਕੇ ਮਰ ਗਿਆ ਮੇਰੇ ਕੋਲ। ਉੱਥੇ ਵੀ ਚੰਗੇ ਹੀ ਉੱਡੇ। ਅੱਛਾ, ਮੇਰੇ ਕੋਲ ਪੁੱਛਦਾ ਰਹਿੰਦਾ ਨਾ ਸੁਰਖੇ ਕਬੂਤਰ।
ਸਹੀ ਗੱਲ ਹੈ ਗਏ ਨੇ ਨਾ ਉੱਥੋਂ ਲੋਕੀ ਮੁੜ ਕੇ ਆਏ ਨੇ ਵੀ ਸਾਨੂੰ ਦਿਓ ਜੀ ਹੋਰ ਦਿਓ ਹੁਣ ਮੀਂਹ ਤਾਂ ਪੈਂਦਾ ਨਹੀਂ ਇਹਨਾਂ ਦਾ शरबत लिया कदी कोई लिया रखे है ते फिर प्रापर तरीके ना उन्हां दा इलाज करना चाहिदा क्योंकि वो बेजुबान जानवर है सानू अपनी जुबान नाल नहीं दस सकदे ते की मतलब के जदों बीमारी पई है ते की उस तों बाद की करदे रहे हो जिहड़े बच गए ने बस ओड पोड़ ही हुंदा बीमारी ते कोई तैनूं दस्सिया ना कदी कोई शरबत लिया कदी कोई लिया होणा कि शरबत लियांदा होवे ना दो मादियां ढिल्लियां ढिल्लियां लगदियां ना ते अगे ना बड़ा फर्क पिया उहनां नूं एक चीज मेरे अबू ने दसी मैनूं कि जदों वायरस आण तों पहले जदों खुड्डे दे विच विठां डिफरेंट कलर दियां हुंदियां ना उदों तुसीं पिल्ली इट दा रोड़ा कुट के ते पाओ ओ पाओ कच्ची इट दा पिल्ली इट पिल्ली समझदे कबूतर बाद पाउंदे ने बहुते खट्टी हुंदी ओ खट्टी खट्टी ही हुंदी ओ रोड़ा इक उत्थे रख्या ही साइड ते पता नहीं उन चुक दित्ता अच्छा ओ बीमारी आण तों पहले पहले विठा रंग बरंगियां हुंदियां फिर तेरे खुड्डे दियां विठा इक्वल हो जाणगियां सारिआं दे सारिआं दियां लाल ही आउणगियां ओहदे च चांस आ के वायरस पानी च घोल के ਦੋਰੀ ਦੇ ਵਿੱਚ ਉਹਦੇ ਨਾਲ ਵੀ ਸਾਰੀਆਂ ਮਿੱਠਾ ਇੱਕ ਹੋ ਜਾਣਗੀਆਂ ਕਿਉਂਕਿ ਕਈ ਸ਼ਹਿਰਾਂ ਥਾਵਾਂ ਤੇ ਕਈਆਂ ਨੂੰ ਪਿੱਲੇ ਰੋੜੇ ਨਹੀਂ ਲੱਭਦੇ ਫੋਰ ਐਗਜ਼ਾਮਪਲ ਤੇ ਉਹ ਇਹ ਪਾ ਸਕਦੇ ਅੱਛਾ ਬਜ਼ੁਰਗੋ ਤੁਹਾਡੇ ਨਾਲ ਹੁਣ ਕਬੂਤਰਬਾਜ਼ੀ ਦੀ ਥੋੜੀ ਗੱਲ ਕਰੀਏ ਤੁਹਾਡੇ ਤਜਰਬੇ ਤੋਂ ਅਸੀਂ ਮੁਸਤਫੀਦ ਹੋਈਏ ਜੀ ਤੇ ਕਬੂਤਰ ਨੂੰ ਬਣਾਇਆ ਕਿਵੇਂ ਜਾਂਦਾ ਹੈ ਬਾਜ਼ੀ ਵਾਸਤੇ ਯਾਰ ਇਹਨੂੰ ਮੈਂ ਹੁਣ ਬਣਾਉਣਾ ਹੈ 2 ਮਹੀਨੇ ਪਹਿਲੇ ਕੱਢ ਲਿੱਤਾ ਤੇ ਇਹਦੀ ਤਿਆਰੀ ਦਾ ਅਮਲ ਕਿੱਥੋਂ ਸ਼ੁਰੂ ਹੋਣਾ ਵੇਖੋ ਜੀ ਕਬੂਤਰ ਕੋਈ ਚੀਜ਼ ਵੀ ਹੈ ਉਹਨਾਂ ਨੂੰ ਫਿਰਤਾਂ ਹੀ ਦਿੱਤੀਆਂ ਜਾਂਦੀਆਂ ਨੇ ਤੇ ਬਣਦੇ ਨੇ ਇਨਸਾਨ ਹੈ ਤੇ ਜੇ ਇਹਨੇ ਪਹਲਵਾਨ ਬਣਨਾ ਹੈ ਤੇ ਡੰਡ ਬੈਠ ਕੇ ਮਾਰੇਗਾ ਜਾਂ ਦੌੜਾ ਦੂੜਾ ਲਾਏਗਾ ਫੇਰ ਹੀ ਬਣਨਾ ਅਜ਼ਾਨ ਤੋਂ ਬਾਅਦ ਕਰਨਾ ਪਰ ਕੋ ਫਿਰਤਾਂ ਹੀ ਸਭ ਤੋਂ ਅਹਿਮ ਜੂਜ਼ ਹੈਗਾ ਫਿਰਤਾਂ ਹੀ ਜਿੰਨਾ ਕੁੱਟ ਕਟਾ ਲੋਗੇ ਉਹਨੇ ਅੱਛੇ ਬਣ ਜਾਣਗੇ ਤੇ ਕੁੱਟ ਕਟਾ ਲਵੋ ਫਿਰ ਆਇਆ ਨੂੰ ਉਹਨਾਂ ਦੀ ਸੇਵਾ ਸੁਭਾ ਕਰੋ ਜਿਸਮ ਤੇ ਉਹਦਾ ਤਾਂ ਹੀ ਬਣਨਾ ਨਾ ਸਹੀ ਗੱਲ ਹੈ ਤੇ ਸੇਵਾ ਕਦੋਂ ਕਰਨੀ ਚਾਹੀਦੀ ਕਿ ਸਾਨੂੰ ਪਤਾ ਲੱਗ ਜਾਏ ਕਿ ਯਾਰ ਹੁਣ ਸੇਵਾ ਦੀ 16 ਦਿਨ ਰਹਿ ਜਾਣ ਜਦੋਂ ਬਾਜੀ ਚ ਉਦੋਂ ਬਦਾਮ ਦੇਣਾ ਸ਼ੁਰੂ ਕਰ ਦਿਓ ਨਾਲੇ ਮਿੱਠਾ ਛਿੱਠਾ ਲੱਗ ਪੈਂਦਾ ਨੇ ਚਿੱਟੀਆਂ ਚੁੱਟੀਆਂ ਕਰਨ ਉਦੋਂ ਫਿਰ ਆਪਣਾ ਅਸੀਂ ਤੇ ਭਾਈ ਸਿੱਧੀ ਗੱਲ ਵਿੱਚ ਫਿਰ ਗੋਲੀ ਇੱਕ ਦਿੰਦੇ ਹਾਂ ਮੋਤੀਆਂ ਵਾਲੀ ਪਹਿਲਾਂ ਜਿਹੜੀ ਚੱਕ ਦੇਣੀ ਉਹਨਾਂ ਨੂੰ ਡੱਕ 'ਚ ਵੀ ਅਤੇ ਆਇਆ ਨੂੰ ਵੀ ਮੋਤੀ ਹਾਂਜੀ ਮੋਤੀ ਯਾਨੀ ਬਣਾਏ ਹੁੰਦੇ ਨੇ ਮਹੀਨਾ ਡੇਢ ਲੱਗ ਜਾਂਦਾ ਰਗੜਨ ਤੇ ਆਪ ਹੀ ਰਗੜਦੇ ਆਪ ਹੀ ਆ ਉਹ ਸਵਾਦ ਰਸੜਦਾ ਤੇ ਬੇਦ ਮੁਸ਼ਕ ਦੀ ਬੇਦ ਮੁਸ਼ਕ ਰੂਹ ਬੇਦ ਮੁਸ਼ਕ ਜਿਹੜਾ ਹੈ ਨਾ ਉਹਦੇ ਵਿੱਚ ਵੀ ਅਸੀਂ ਮਾਰ ਲੈਨੇ ਅਰਕ ਬੋਤਲ ਅਰਕ ਜਿਹੜਾ ਬੇਦ ਮੁਸ਼ਕ ਹੈ ਸੁੱਚੇ ਮੋਤੀ ਸੋਨੇ ਦੇ ਵਰਕ ਚਾਂਦੀ ਦੇ ਵਰਕ ਮਾਰਨੇ ਨੇ ਪੂਰੀ ਬੋਤਲ ਪਿਉਣੀ ਉਹਨਾਂ ਇਹ ਗੱਲਾਂ ਤੁਹਾਨੂੰ ਕੋਈ ਨਹੀਂ ਦੱਸਣੀਆਂ ਕਬੂਤਰ ਬਾਜ਼ਾਂ ਨੇ ਇਹ ਮੈਨੂੰ ਖੁਰਾਕ ਦਿਓ ਕਬੂਤਰ ਜਿਹਨੇ ਰੱਖੇ ਨੇ ਉਹਨੂੰ ਪਤਾ ਇਸ ਚੀਜ਼ ਦਾ ਮੇਰਾ ਕਬੂਤਰ ਹੁਣ ਖੁਰਾਕ ਮੰਗਦਾ ਤੇ ਫਿਰ ਉਹਨੂੰ ਦਿਓ ਡੱਕ ਚ ਵੀ ਦਿਓ ਨਾ ਦਿਓਗੇ ਨਾ ਨਾ ਦਿਓਗੇ ਤੇ ਫਿਰ ਇਹਨਾਂ ਕੋਲੋਂ ਲੈਣਾ ਕੀ ਜੇ ਇੱਕ ਪਰਵਾਦ ਬੜੀ ਗੱਲ ਕੱਢ ਲੈਣਗੇ ਇੱਕ ਦੋ ਪਰਵਾਦਾਂ ਚੰਗੀਆਂ ਦੇ ਕੇ ਵਿੱਚੋਂ ਫੋਕ ਫਿਰ ਫੋਕੇ ਹੋ ਜਾਣਗੇ ਜ਼ਾਇਆ ਹੋਣ ਲੱਗ ਪੈਣਗੇ ਇਹ ਸੁੱਚੇ ਮੋਤੀ ਜਦੋਂ ਮਾਰਦੇ ਨੇ ਇਹ ਬੈਦ ਮੁਸ਼ਕ ਚ ਮਾਰਦੇ ਨੇ ਨਾਲ ਵਰਕ ਵੀ ਪਾਣੇ ਨੇ ਹਾਂਜੀ ਸੋਨੇ ਦੇ ਪਹਿਲਾਂ ਪੀ ਲੈਣਾ ਨਾ ਇਹਨਾਂ ਨੂੰ ਉੱਥੇ ਹੀ ਯਾਨੀ ਤੁਸੀਂ ਰਾਤ ਨੂੰ ਇਹਨਾਂ ਨੂੰ ਮੋਤੀਆਂ ਨੂੰ ਪਾ ਦਿਓਗੇ ਨਾ ਆਪਣਾ ਪੀਣ ਵਾਲੀ ਕਿਸੇ ਸ਼ਾਇਦ ਦੇ ਵਿੱਚ ਵੀ ਉਹ ਜਿਹੜੀ ਦੌਰੀ ਰੱਖੀ ਹੁੰਦੀ ਉਹਨਾਂ ਨੇ ਦੌਰੀ ਡੰਡਾ ਉਹ ਛੋਟਾ ਜਿਹਾ ਪੱਥਰ ਦਾ ਜਿਹੜਾ ਬਣਿਆ ਹੁੰਦਾ ਤੇ ਉਹਦੇ 'ਚ ਤੁਸੀਂ ਰਾਤ ਨੂੰ ਭਿਉਂ ਦਿਓ ਬੇਦ ਮੁਸ਼ਕ ਜੀ ਤੇ ਸਵੇਰੇ ਤੁਸੀਂ ਉੱਤੋਂ ਨੱਪੋਗੇ ਨਾ ਤੇ ਉਹ ਸਾਰੇ ਫਿਸ ਜਾਣਗੇ ਹੈਂਜੀ ਉਹਦੇ ਵਿੱਚ ਜਦੋਂ ਤੁਸੀਂ ਰਗੜਾ ਰੱਖਣਾ ਨਾ ਉਹਦੇ ਵਿੱਚ ਫਿਰ ਤੁਸੀਂ ਚਾਂਦੀ ਦੇ ਪਾਈ ਜਾਓ ਸੋਨੇ ਦੇ ਪਾ ਦਿਓ
ਇੰਨਾ ਕਰਕ ਪਾਇਆ ਉਹਨੂੰ ਰਗੜ ਲਿਆ ਥੋੜਾ ਥੋੜਾ ਪਾ ਕੇ ਫਿਰ ਇੰਨਾ ਕ ਪਾ ਲਿਆ ਜਦੋਂ ਸੁੱਕ ਗਿਆ ਫਿਰ ਰਗੜਾਈ ਦਿਓ ਕਿ ਨਾਲ ਨਾਲ ਸੁੱਕਦਾ ਜਾਏਗਾ ਨਾਲ ਨਾਲ ਤੁਹਾਡਾ ਸਮਾਨ ਤਿਆਰ ਹੁੰਦਾ ਜਾਏਗਾ ਉਹ ਫਿਰ ਜਦੋਂ ਤਿਆਰ ਹੋਏਗਾ ਨਾ ਫਿਰ ਉਹ ਤੁਹਾਨੂੰ ਦਿਓਗੇ ਤੇ ਦੱਸੇਗਾ ਵੀ अच्छा ए चीजा तो लोग हम पिछे हट गए ने पिछे हट गए ने लोग जेड़े देंदे ने ओना ते बैंदे ने 6 6 7 7 बजे ए भी गल नाल क्योंकि जान बनी हुंदी कबूतर दी असी ए जद देंदे हां ना ते नाल पानी उस्ताद उरा दसे हुंदे हन पानी इक दो इक देने आए नु इमली आलू बुखारे दा पानी देना है जी रात नु इक रगड़े वाला पानी सी ओदे विच सफेद जीरा ते पुदीना है जी कोई अनारदाना पा लेना रगड़ाई वाला पानी अभी ओनू आने अनारदाना रगड़िया जाता ना वो तुसी दाना पाया हों ना 2 बजे 2:30 बजे या 1:30 बजे वो फिर यह है कि तुसी दाने दे नाल दे दोगे ना तो दाना छेती खिंच जाएगा फिर जी अभी रात को 10 बजे गोली लाने ना डालनी सवेरे बाजी चढ़ाई दी है ओदे वास्ते फिर असी रात नु भी 10 सीसी दे देने हां 10 सीसी 11 ओ गोली दे के देंदे हां गोली दे के ओ फिर सवेर तिकर जो अंदर होना हर शहर सारा है रिपोर्ट वेली सवेरे पलटान दे पटुल दे नहीं 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 अही ते पलटान नहीं सानु पता ही नहीं केवे पलटान दी जरूरत ही नहीं ना पैंदी पलटान दी सही गल है साडे साथ रहे जे पलटाउणा पैंदा ते फिर समझो तेरा जानवर उड़न दे काबिल ही नहीं है हां ठीक नहीं है साफ नहीं होया ना साफ नहीं हुंदा फिर सही गल है बुजुर्गो छेड़ दे छूट दे किंदे ना रहे हो एहो ही तन दस ते दित्ता छेड़ने की दे नाल छेड़ना ए ही सी के ओ मसाले लौंग दालचीनी है जी इना नु कुट लेना लौंग दीयां टोपियां की पूरी लौंग नहीं पूरी लौंग पाउडर बनाना पाउडर बना भी बनाईदा सी आ लाचियां दो ले लेनियां को वडियां 10 लौंग ले लेने आ वडियां लाचियां को दालचीनी ले लेनी ਉਹ ਪੀਸ ਲੈਣਾ ਪੀਸ ਕੇ ਉਹ ਵੀ ਕੋਲ ਰੱਖ ਲੈਣਾ ਇਹ ਉਸਤਾਦ ਗੱਲਾਂ ਉਹ ਨੇ ਜਿਹੜੀ ਉਸਤਾਦ ਛਪਾਉਂਦੇ ਨੇ ਇਹ ਦੱਸਣ ਦਾ ਮਕਸਦ ਇਹ ਹੈਗਾ ਕਿ ਲੋਕ ਮੈਡੀਕਲ ਲੋਕ ਸਮਝਣ ਮੈਡੀਕਲ ਤੋਂ ਬਾਅਦ ਇਹ ਵੈਸੇ ਵੀ ਟੋਟਲ ਦੇਸੀ ਹੈ ਟੋਟਲ ਹੀ ਦੇਸੀ ਹੈ ਰਹਿਮ ਖਾਣਾ ਚਾਹੀਦਾ ਹੈ ਹਾਂ ਇਹਨਾਂ ਨੂੰ ਤੁਸੀਂ ਸੋਨਾ ਚਾਂਦੀ ਖਾਓ ਜੇ ਡਾਉਣ ਦਾ ਤੁਹਾਨੂੰ ਇੰਨਾ ਸ਼ੌਕ ਹੈ ਨਹੀਂ ਤਾਂ ਨਾ ਰੱਖੋ ਸਹੀ ਗੱਲ ਹੈ ਜਾਂ ਖਾਲੀ ਸਾਡੇ ਕੋ ਦਾਣਾ ਪਾਓ ਅਸੀਂ ਤੇ ਹੁਣ ਦਾਣਾ ਹੀ ਪਾਉਂਦੇ ਆ ਅੱਛਾ ਇਹਦੇ ਚ ਬਜ਼ੁਰਗੋ ਮਕਦਾਰ ਕੀ ਰੱਖਣੀ दो वड़ियां लाचियां को 6-7 लौंग पा लो 6 ही पा लो लौंग बहुत गर्म है सब तो ज्यादा लौंग गर्म है समझ नहीं लगी तो सब तो ठंडा जड़ा ना वो कफूर है कफूर इस दुनिया के उत्ते ना सब तो ठंडा कफूर है तो ज्यादा गर्म लौंग दो चीजा तो दस दी तो जी दालचीनी दालचीनी इनकी की मकदार रखनी पाउडर पाउडर पाना जिदे च तुसी ए पाउडर पाना जिदे च मोतियां वाला पाउडर पाना अच्छा मोती किन्ने को पाने ने मोती एक कख पाना एक कख छड्डो परे ते कबूतर पूरा चौकस बड़ा कुछ इन्हां नाल ज़ुल्म करदे जवैन दा पानी रिन के काढ़ के जिथे सीसी देना उथे 3-3 सीसी दे दिंदे ने कबूतर पिछाण वेंदे ही नहीं मिठू दे कबूतर सन ते उन्हां नूं जवैन दा पानी काढ़े वाला दित्ता सवेरे सत्ते दे सत्ते ही नहीं आए
ठंडी है ना गर्म बहुत लूआ बुजुर्गो आए कबूतर नू अपनी पूरी फिरत पक्की लैके बैठा एक कबूतर अपनी पक्की फिरत करके बैठा पूरी मुकम्मल प्रवास करके तीन चार पांच दे घरां च बैठा हां जी हां जी और अगले दिन डाके उस तो अगले दिन बाजी है जिस दिन वो बैठा पक्की फिरत लैके उस दिन असी ओनू आए नू सांभा के गर्म चीजा ना ना जी ये देनिया नहीं ना ये देनिया सिर्फ डाल ली जिदन तुसी इतवार डाणा ना हफ्ते नू देनिया ने रात नू 10 बजे गर्म चीजा हां जी मोतियां दे नाल आए तो फिर ताज नहीं देना बेदमुश्क भी ठंडा जां तुसी ओदे च मार लो गुलाब दे अर्क च बेदमुश्क भी ठंडा हां जी बेदमुश्क लेकिन बेस्ट बेदमुश्क जे ना लबे ते चलो गुलाब दे अर्क च मार लो गुलाब दे अर्क ਇਹਦੇ ਚ ਵਰਕਾਂ ਦੀ ਕੀ ਕੀ ਮਿਕਦਾਰ ਰੱਖਣੀ ਦਸ ਹੀ ਹੋ ਦਸ ਹੀ ਨਹੀਂ ਸੋਨੇ ਦੀ ਤੇ ਦੋ ਚਾਂਦੀ ਦੀ ਹੈ ਹੈ ਦੋ ਚਾਂਦੀ ਦੀ ਇੱਕ ਸੋਨੇ ਦੀ ਵਰਕ ਹਾਂ 6 ਮਾਸੇ ਮੋਤੀ ਪਾ ਲੋ 6 ਮਾਸੇ ਹਾਂਜੀ 6 ਮਾਸੇ 6 ਮਾਸੇ ਮੋਤੀ ਹਾਂਜੀ ਦੋ ਚਾਂਦੀ ਇੱਕ ਸੋਨਾ ਹਾਂ ਤੇ ਬੈਦਮੁਸ਼ਕ ਦੀ ਪੂਰੀ ਬੋਤਲ ਹਾਂਜੀ ਓਏ ਹੋਏ ਹੋਏ ਉਹ ਵਧਾਈ ਦੇਈ ਜੋ ਪੈਸੇ ਵੀ ਲੱਗਣੇ ਨੇ ਹਾਂ ਇਹ ਕਿੰਨੀ ਕੁ ਦੇ ਚੱਲ ਜਾਏਗਾ ਅਗਰ ਇਹ 6 ਮਾਸੇ ਬਣਾਈ ਇਹ ਸੀਜ਼ਨ ਪੂਰਾ ਕੱਢ ਜਾਏਗਾ ਇਹ ਸੀਜ਼ਨ ਕੱਢ ਜਾਏਗਾ ਜਿਹੜੀਆਂ ਮੇਨ ਛੱਤਾਂ ਨਾ ਉਹਨਾਂ ਦਾ ਸੀਜ਼ਨ ਪੂਰਾ ਨਿਕਲ ਜਾਏਗਾ ਆ ਤੇ ਜੇ ਕੋਈ ਸਾਡੇ ਵਰਗੀ ਤੇ ਦੋ ਫੇਰ ਅਗਲੇ ਸੀਜ਼ਨ ਕੰਮ ਆ ਜਾਏਗਾ ਹਾਂ ਬਸ ਸੇਫਟੀ ਡੱਬੀ ਜਿੰਨਾ ਪੁਰਾਣਾ ਪਿਆਰ ਹੈਗਾ ਉਹਨਾਂ ਫਾਇਦੇ ਚ ਰਹੇਗਾ ਜਿੰਨਾ ਪੁਰਾਣਾ ਹੁੰਦਾ ਜਾਏਗਾ ਨਾ ਉਹਨਾਂ ਹੀ ਕਮਾਲ ਵੱਧਦੇ ਜਾਣਗੇ ਇਹ ਬੇਸਿਕਲ ਤੇ ਕੈਲਸ਼ੀਅਮ ਔਰ ਫਾਈਬਰ ਹੈਗਾ ਹਾਂ ਸਾਰਾ ਤਾਕਤ ਹੈ ਤਾਕਤ ਹੈ ਹਾਂ ਇਹ ਜਿਹੜੀ ਤਾਕਤ ਹੈ ਉਹਦੀ ਜਾਨ ਨੂੰ ਬਣਾਉਂਦੀ ਹੈ ਇੰਗਲਿਸ਼ ਵਿੱਚ ਵਿਟਾਮਿਨ ਕਹਿ ਲੋ ਜਿਹੜੇ ਵਿਟਾਮਿਨ ਹੱਡੀਆਂ ਹੱਡੀਆਂ ਲਈ ਬਹੁਤ ਚੰਗਾ ਹਰ ਸ਼ੈ ਲਈ ਗੋਸ਼ ਲਈ ਹੱਡੀਆਂ ਲਈ कबूतर बाद थोड़ा ही लोना चाहिए जेड़ा खिंच ले मुड़के गोली देने जोगे हो जाए बंदा बुजुर्गो मरदे कबूतर नूं भी बचा लेगा ਮਰਦਨ ਇਨਸ਼ਾਅੱਲਾ ਤਾਲਾ ਗੋਲੀ ਬਣਾ ਕੇ ਦਿਓ ਇਹਦੀ ਇਮਲੀ ਆਲੂ ਭਾਰੇ ਦੀ ਗੋਲੀ ਗੋਲਿਆਂ ਦੇ ਦਾਣੇ ਦੀ ਨਹੀਂ ਨਾ ਜਿਹੜਾ ਕਬੂਤਰ ਲੱਤਾ ਨਹੀਂ ਨਾ ਲਾਂਦਾ ਇੰਨੀ ਪ੍ਰਵਾਦ ਕੀਤੀ ਹੈ ਲੰਮਾ ਪੈ ਗਿਆ ਆਣ ਕੇ ਉਹਨੂੰ ਤੁਸੀਂ ਗੋਲੀ ਇਹਦੀ ਲਾ ਦਿਓ ਤੇ ਉੱਤੋਂ ਪਾਣੀ ਸਾਦੇ ਦੀ ਚੋਜ ਲਾ ਦਿਓ ਖਰਾਬ ਕੰਡੀਸ਼ਨ ਚ ਵੀ ਜਾਨਵਰ ਫੜੇ ਤੇ ਇਮਲੀ ਆਲੂ ਭਾਰੇ ਦੀ ਗੋਲੀ ਦਿੱਤੀ ਤੇ ਪਿਛਲੇ ਤੋਂ ਕੋਈ 2-3 ਸੀਜ਼ਨ ਪਤਾ ਹੈ ਲਾਹੌਰ ਚ ਬੜਾ ਗੰਦਾ ਮੌਸਮ ਹੋਇਆ ਹੈ ਬੜਾ ਕਬੂਤਰ ਲੋਕਾਂ ਦਾ ਜ਼ਾਇਆ ਹੋਇਆ ਆਹੋ ਪਿਛਲੇ ਸੀ ਚੱਕੜ ਸੀ ਉੱਤੇ ਨਾਸਾਂ ਕਈਆਂ ਕਬੂਤਰਾਂ ਦੀਆਂ ਬਾਨਾਂ ਹਨ ਸ਼ਾਮ ਤੀਕਰ ਫੜੇ ਕਬੂਤਰ ਵੇਖਿਆ ਉਹਨਾਂ ਨੂੰ ਗੋਲੀ ਦਿੱਤੀ ਹੈ ਇਮਲੀ ਆਲੂ ਬਾਰੇ ਦੀ ਛੋਲਿਆਂ ਦੇ ਦਾਣੇ ਜਿੰਨੀ ਜੋ ਫਿੱਟ ਆ ਇਹਨੂੰ ਕੁੱਟ ਲੈਣਾ ਨਹੀਂ ਨਹੀਂ ਕੁੱਟਣਾ ਕਿੱਥੇ ਆ ਚਮੜੀ ਲਾ ਲੈਣੀ ਉਸੇ ਤਰ੍ਹਾਂ ਹੀ ਆਲੂ ਬਹਾਰਾ ਜਿਹੜਾ ਪੰਸਾਰੀ ਦੀ ਦੁਕਾਨ ਤੋਂ ਮਿਲਦਾ ਹੈ ਨਾ ਉਹਦੀ ਮਾੜੀ ਜੀ ਚਮੜੀ ਲਾ ਲੈਣੀ ਆਲੂ ਬਹਾਰਾ ਇਹ ਨਹੀਂ ਜਿਹੜਾ ਇੱਥੇ ਦੁਕਾਨਾਂ ਦੇ ਇਹ ਨਹੀਂ इमली दे उत्तों भी चमड़ी ला लैणी आ चमड़ी लाउणी थोड़ी जी अच्छा छोलियां दे दाणे जिन्नी दो चीजां दी बनाउणी गोली ਉਹ ਤੁਸੀਂ ਦੇ ਦਿਓ ਉੱਤੋਂ ਥੋੜਾ ਜਿਹਾ ਪਾਣੀ ਦੇ ਦਿਓ ਕਬੂਤਰ ਲੰਮਾ ਪਿਆ ਜਿਹੜਾ ਨਾ ਹੁਣ ਦੋ ਇੱਕ ਵਾਰ ਪੂਛਲ ਖਿੱਚੋ ਉਹਦੀ
ਜਦੋਂ ਬਿਠ ਕਰ ਦੇਗਾ ਸਮਝਣਾ ਬਚ ਗਿਆ ਹੈ, ਉੱਠ ਕੇ ਤੁਰਨ ਲੱਗ ਪੈਗਾ। ਅੱਛਾ, ਬਸ ਟਾਈਮ ਕਬੂਤਰ ਆ ਕੇ ਬਲੌਕ ਹੋ ਜਾਂਦੇ ਨੇ, ਵਿੱਠ ਵੀ ਰੋਕ ਜਾਂਦੇ ਨੇ। ਰੋਕ ਜਾਂਦੇ ਨੇ ਨਾ, ਤੇ ਇਹਨੇ ਨਹੀਂ ਨਾ ਰੁਕਣ ਦੇਣੀ ਹੈ ਦਹੀਂ ਦਾ ਤਾਂ। ਬਾਹਰ ਇਮਲੀ ਆਲੂ ਬਾਹਰ ਇਹਨੇ ਸੈੱਟ ਕਰ ਦੇਣਾ। ਉੱਤੋਂ ਨਿੰਮ ਗਰਮ ਪਾਣੀ ਦੇਣਾ, ਠੰਡਾ ਪਾਣੀ ਦੇਣਾ? ਨਹੀਂ ਨਹੀਂ, ਪਾਣੀ ਠੰਡਾ ਹੀ ਦਿਓ, ਜਿਹੜਾ ਪਾਣੀ ਤੇ ਅਸੀਂ ਰੱਖਿਆ ਹੈ ਦੋਰੀ ਚ। ਠੰਡਾ ਦਿਓ ਪਾਣੀ, ਠੰਡੇ ਤੋਂ ਮੁਰਾਦ ਇਹ ਨਹੀਂ ਕਿ ਬਰਫ਼ ਵਿੱਚ ਪਾ ਦਿਓ, ਉਹ ਜੇ ਤਾਜ਼ਾ ਪਾਣੀ ਦਿਓ। ਤਾਜ਼ਾ ਪਾਣੀ, ਠੰਡਾ, ਬਹੁਤਾ ਠੰਡਾ ਪਾਣੀ ਨਹੀਂ ਹੋਣਾ ਚਾਹੀਦਾ। ਫਰਿੱਜ ਦਾ ਠੰਡਾ ਨਾ ਹੋਵੇ, ਟੂਟੀ ਦੇ ਠੰਡੇ ਦੀ ਖਾ। ਤਾਜ਼ਾ ਹੋਈਏ ਜਾਂ ਠੰਡਾ, ਤਾਜ਼ਾ ਹੀ ਹੋ ਜਾਏ, ਸਾਰਿਆਂ ਨਾਲ ਬਿਹਤਰ ਇਹ ਹੀ ਹੈ। ਸਹੀ ਗੱਲ ਹੈ ਬਜ਼ੁਰਗੋ। ਪਿਆਰਿਆਂ ਦੇ ਵਿੱਚ ਤਾਂ ਚਲੋ ਸਮਝ ਆਉਂਦੀ ਹੈ, ਕਬੂਤਰ ਸ਼ਾਮ ਨੂੰ ਹੀ ਬਹਿ ਰਿਹਾ, ਹਰ ਬਾਜ਼ੀ 8 ਦਿਨਾਂ ਬਾਅਦ ਬਾਜ਼ੀ ਆਉਣੀ, 7 ਦਿਨਾਂ ਬਾਅਦ ਤਾਂ ਕਬੂਤਰ ਸ਼ਾਮ ਨੂੰ ਬਹਿ ਜਾਂਦਾ, ਸਮਝ ਆਉਂਦੀ। ਜੇਠ ਦੇ ਬਾਜ਼ੀਆਂ ਦੇ ਵਿੱਚ ਹਰ ਕਬੂਤਰ, ਜਿਹੜਾ ਕਬੂਤਰ ਤੁਹਾਡਾ ਬਹਾਦਰ ਹੈ, ਹਰ ਫਿਰਤ ਬਹਿ ਸਕਦਾ ਸ਼ਾਮ? ਦੇਖੋ ਜੀ, ਜਿਹੜੀਆਂ ਡੱਕਦੀਆਂ ਬਾਜ਼ੀਆਂ ਉਹਦੇ ਵਿੱਚ ਅਗਲੇ ਬਾ ਲੈਣਗੇ। ਅੱਛਾ, ਡੱਕਦੀਆਂ 'ਚ ਜੇ ਸਾਂਭਣ ਵਾਲਾ ਹੋਵੇਗਾ ਤਾਂ, ਜਦੋਂ ਜਿਸਮ ਬਣਾ ਲਏਗਾ ਨਾ। ਮੈਂ ਨਾ ਇੱਕ ਗੱਲ ਤੁਹਾਨੂੰ ਦੱਸਣਾ, ਇੱਥੇ ਮੇਰਾ ਇੱਕ ਸ਼ਗਿਰਦ ਸੀ, ਇਹ ਭੱਠੇ ਪਿੰਡ ਹੈਗਾ ਤੇ ਫਤਿਹਗੜ੍ਹ ਦਾ ਮੰਨੀ ਸੀ ਬਾਣ ਵੱਟ, ਇੱਥੋਂ ਦੇ ਲੋਕ ਆਲੇ ਦੁਆਲੇ ਦੇ ਉਹਦੇ ਜਾਣਦੇ ਹੋਣਗੇ ਨਾ। ਉਹ ਇੱਥੇ ਵਿਆਹਿਆ ਸੀ, ਭੱਠੇ ਵਿਆਹਿਆ ਸੀ, ਭੱਠੇ ਪਿੰਡ ਤੇ ਪੱਕੀ ਫਿਰਤ ਦੇ ਉੱਤੇ 4 ਕਬੂਤਰ ਬੈਠੇ, 3 ਮੇਰੇ ਪੱਕੀ ਫਿਰਤ ਤੇ, ਜ਼ਿਆਦਾ ਉੱਡ ਗਿਆ। ਤੇ ਉਹ ਨਾਲ ਹੀ ਨਾ ਮੁਰਗੀ ਖਾਨਾ ਸੀ, 2 ਮੁਰਗੀ ਖਾਨੇ ਹਨ, ਇੱਕ ਤੇ ਸਾਡੇ ਸਨ, ਇੱਕ ਤੇ ਉਹਦੇ ਸਾਲੇ ਦੇ ਸਨ। ਤੇ ਉੱਥੋਂ ਬੱਧੇ ਹੱਥ ਪਿੱਛੇ ਤੇ ਤੁਰਿਆ ਆ, ਤੇ ਮੈਨੂੰ ਆਣ ਕੇ ਪੁੱਛਦਾ, ਸਾਧ ਜੀ ਇਹ ਤਾਂ ਦੱਸੋ ਇਹ ਬਾਜੀ ਵਾਲੇ ਦਿਨ ਕਿੰਨੇ ਕੁ ਵਜੇ ਬਹਿਣਗੇ? ਮੈਂ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਦੇ ਹਾਂ ਪੈ, ਇਹ ਉਸਤਾਦ ਜੀ ਇੱਥੇ ਕੀ ਬਹਿਣਗੇ ਜਿੱਥੇ ਕਿ ਬੈਠੇ ਨੇ, ਹੈ ਜੀ। ਅਤੇ ਅੱਲਾ ਦੀ ਕਰਨੀ ਐਸੀ ਹੋਈ ਕਿ 15 ਮਿੰਟ ਵੱਧ ਕੇ ਬੈਠੇ ਹਨ, ਹੈ ਜੀ। ਅਤੇ ਉਹ ਗੱਲ ਇਹ ਹੁੰਦੀ ਸ਼ਾਮ ਦੀ, ਸ਼ਾਮ ਬੰਦੇ ਦੇ ਹੱਥ 'ਚ ਕੁਝ ਨਹੀਂ ਗਾ, ਦੇਣਾ ਲੈਣਾ ਸਿਰਫ ਬੰਦੇ ਦੇ ਹੱਥ 'ਚ। ਖੁਰਾਕ ਕਿਸ ਹਿਸਾਬ ਨਾਲ ਦਿੰਦੇ ਬਜ਼ੁਰਗੋ? ਖੁਰਾਕ ਅਸੀਂ ਦਿੰਦੇ ਹਾਂ, 1 ਇੰਚੀ ਦੀ ਬਣਦੀ ਗੋਲੀ, ਪਾਣੀ 'ਚ ਡੁਬੋ ਕੇ ਵਸਾ ਲਿਆ, ਤੁਸੀਂ ਦੇਣ ਲੱਗੇ ਹੋ ਨਾ, ਉਹਨੂੰ ਪਾਣੀ 'ਚ ਡੋਬਾ ਦੇ ਲਓ, ਡੋਬਾ ਦੇ ਕੇ ਦਿਓ, ਮੂੰਹ 'ਚ ਰੱਖ ਕੇ ਦਿਓ, ਖਾਣ ਲਗਾ ਦਿਓ। ਤੇ ਕਿੰਨੀ ਕੁ ਖੁਰਾਕ ਖਵਾ ਦੇਣੀ ਚਾਹੀਦੀ? ਮੈਂ ਤੇ 3 ਗੋਲੀਆਂ ਤੋਂ ਵੱਧ ਨਹੀਂ ਦਿੰਦਾ। ਪੂਰੇ ਦਿਨ 'ਚ 3 ਗੋਲੀਆਂ? ਬਸ 3 ਗੋਲੀਆਂ ਪੂਰੇ ਦਿਨ, ਦਾਣਾ ਵੀ ਤੁਸੀਂ ਪਾਉਣਾ, ਜਿਹੜੀ ਪਹਿਲੀ ਗੋਲੀ ਤੁਸੀਂ ਦੇਣੀ ਹੈ ਨਾ, ਤੁਸੀਂ ਦਾਣਾ ਪਾਓਗੇ ਨਾ ਤੇ ਦਾਣੇ ਨੂੰ ਮੂੰਹ ਨਹੀਂ ਲਾਉਣਗੇ, ਉਹਨੇ ਖਾਣ, ਉਹਨੇ ਡੱਕੇ ਲਾ ਛੱਡਣੇ। ਉਹ ਕਿਹੜੀ ਗੋਲੀ? ਇਹੋ ਹੀ ਮੋਤੀ ਯਾਰ, ਕਿਹੜੀ ਕਰਨਾ ਪਿਆ, ਨਿਰੇ ਮੋਤੀ ਜਿਹੜੇ ਨੇ ਉਹ ਦੇਣੀ, ਯਾਨੀ ਉਹ ਗਰਮ ਚੀਜ਼ ਨਹੀਂ ਕੋਈ ਦੇਣੀ, ਨਾਲ ਕੋਈ ਮਨੱਕਾ ਸ਼ਨੱਕਾ ਨਹੀਂ, ਨਾ ਕੋਈ ਨਹੀਂ, ਉਹ ਤੇ ਡਾਉਣ ਵਾਲੀ ਰਾਤ ਨੂੰ ਦੇਣੇ ਨੇ, ਜਿੱਦਣ ਸਵੇਰੇ ਉੱਡਣਾ ਕਬੂਤਰ ਉੱਦਣ ਦੇਣੇ ਨੀ, ਚਿੱਥ ਲੈ ਗੱਲ ਨੂੰ। ਮੁਮਨ ਆਮ ਫਿਰਤਾਂ ਫੁਰਤਾਂ ਚ ਨਹੀਂ, ਮੋਤੀ ਚੱਲਣੇ ਨੇ, ਮੋਤੀ ਆਏ ਨੂੰ ਤੇ ਡੱਕ ਚ ਕਬੂਤਰ ਨੂੰ ਖੁਸ਼ ਕਰਨ ਦਾ ਕੋਈ ਤਰੀਕਾ ਦੱਸੋ, ਜਿਹੜਾ ਕੱਚੇ ਰਹਿ ਜਾਂਦੇ ਨੇ ਕਬੂਤਰ? ਕੱਚੇ ਤੋਂ ਮੁਰਾਦ ਕੱਚੇ ਜਦੋਂ ਅਸੀਂ ਕੱਢਣੇ ਆ ਫਿਰਤਾਂ ਲਈ, ਛੂਟਾਂ ਤੋਂ ਬੰਨਦੇ ਆ, ਬਾਸ ਟਾਈਮ ਕਬੂਤਰ ਕੱਚੇ ਰਹਿ ਜਾਂਦੇ ਨੇ। ਉਹ ਜਦੋਂ ਗੁੱਲਿਆਂ 'ਚ ਕਬੂਤਰ ਹੁੰਦੇ ਤੇ ਰੋਟੀ ਅੱਬੂ ਪਾਉਂਦਾ ਤੇਲ ਦੀ ਬਣਾ ਕੇ, ਉਹਦੇ 'ਚ ਵੱਡੀ ਲਾਚੀ ਹੁੰਦੀ। ਉਹ ਬਾਬਾ ਜੀ ਗੱਲ ਪਤਾ ਕੀ ਹੈ, ਕੱਚਾ ਕੁੱਚਾ ਕੋਈ ਨਹੀਂ ਰਹਿੰਦਾ, ਉਹ ਫਿਰ ਹੋ ਗਏ ਤੇ ਫਿਰਨ ਲੱਗ ਪੈਣਗੇ। ਜਿਹੜੇ ਕੱਚੇ ਰਹਿ ਜਾਂਦੇ ਨੇ ਉਂਝ ਹੀ ਕਬੂਤਰ ਹਟ ਜਾਂਦੇ ਨੇ, ਉਹ ਨਹੀਂ ਆਉਂਦੇ, ਉਹ ਜ਼ੋਰ ਮਾਰਨਗੇ ਤੇ ਹਟ ਜਾਣਗੇ। ਕੱਢਣ ਤੋਂ ਪਹਿਲੇ ਕੋਈ ਰੋਟੀ ਪਾਉਂਦੇ ਹੋ? ਨਹੀਂ ਨਹੀਂ, ਜਦੋਂ ਪੁੱਟੇ ਹੁੰਦੇ ਕਬੂਤਰ ਪੁਟਾਈਆਂ ਦੇ ਵਿੱਚ, ਪੁਟਾਈਆਂ ਦੇ ਵਿੱਚ ਬਜ਼ੁਰਗੋ ਕਿਹੜੀ ਰੋਟੀ ਪਾਉਂਦੇ? ਉਹ ਤੇਲ ਦੀ ਰੋਟੀ ਯਾਰ ਪਾਈ ਦੀ, ਤੇਲ ਦੀ, ਸਰੋਂ ਦਾ ਤੇਲ ਰਿੰਨਿਆ ਹੁੰਦਾ, ਉਹ ਰੋਟੀ ਪਾਈ ਦੀ। ਦੇਸੀ ਘਿਓ ਵੀ ਯੂਜ਼ ਕਰਦੇ ਹੋ? ਦੇਸੀ ਵੀ ਕਰ ਲਈਦਾ ਜੇ ਲੱਭੇ ਤੇ, ਸਾਡੇ ਵੇਰੇ ਜੇ ਤਾਂ ਲੱਭਦਾ ਸੀ, ਅਸੀਂ ਮਹੀਂ ਰੱਖੀਆਂ ਸਨ। ਮਹੀਆਂ ਰੱਖੀਆਂ ਹੀ, ਹਾਂਜੀ, ਘਰ ਦਾ ਹੁੰਦਾ ਸੀ। ਸਹੀ ਗੱਲ, ਤੇ ਹੁਣ ਕਿੱਥੋਂ ਲੱਭਣਾ, ਹੁਣ ਤੇ ਲੋਕਾਂ ਜਿੰਨਾ ਮਹੀਂ ਦੱਸ ਨੇ ਉਹ ਨਹੀਂ ਰਿੜਕਦੇ, ਉਹ ਕਹਿੰਦੇ ਵੇਚ ਲਈਏ। ਸਹੀ, ਹੁਣ ਲੱਸੀ ਨਹੀਂ ਲੱਭੀ, ਘਿਓ ਬੜਾ ਮੁਸ਼ਕਲ ਹੋ ਗਿਆ।
ਹਾਂ ਬਜ਼ੁਰਗ ਫਿਰਤਾਂ ਫੁਰਤਾਂ 'ਚ ਦੇਸੀ ਘਿਓ ਯੂਜ਼ ਕਰਦੇ ਸੀ ਬਾਜ਼ੀਆਂ ਦੇ ਵਿੱਚ ਫਿਰਤਾਂ 'ਚ ਕਰ ਲਈਦਾ ਸੀ ਰੋਟੀ ਇੱਕ ਅੱਧੀ ਪਕਵਾ ਲਈ ਦੀ ਸੀ ਉਹਦੇ ਭੋਰੇ ਪਾ ਦੀ ਦੇ ਹਨ ਥਿੰਦੇ ਆਉਂਦੇ ਹਾਂ ਚਲੋ ਖੁਸ਼ਕੀ ਤਾਂ ਇਹਦੇ ਨਾਲ ਹੀ ਮਰ ਜਾਂਦੀ ਹੈ ਮੋਤੀਆਂ ਨਾਲ ਘਿਓ ਨਾਲ ਤੇਲ ਨਾਲ ਹੀ ਮੈਂ ਤਾਂ ਤੇਲ ਮੇਰੇ ਉਸਤਾਦ ਹੋਰਾਂ ਦੱਸਿਆ ਸੀ ਤੇਲ ਉਹ ਤੇਲ ਰਿੰਨ ਲਈਦਾ ਸੀ ਉਹ ਪਾਈਦਾ ਸੀ ਤੇਲ ਤੇਲ ਰਿੰਨਣ ਤੋਂ ਕੀ ਮੁਰਾਦ ਹੈ ਅੱਜ ਕੱਲ੍ਹ ਵੀ ਉਸ ਉਂਝ ਤੇਲ ਦਾ ਫਾਇਦਾ ਹੈਗਾ ਲੋਕਾਂ ਨੂੰ ਅੱਜ ਕੱਲ੍ਹ ਵੀ ਫਾਇਦਾ ਜਿਹੜੇ ਇਕੱਠੇ ਇਕੱਠੇ ਹੁੰਦੇ ਕੋਈ ਜਾਨਵਰ ਨੇ ਯਾਨੀ ਕੋਈ ਪੰਜ ਚਾਰ ਲੌਂਗ ਪਾ ਲਓ ਕੋਈ ਦਾਲਚੀਨੀ ਪਾ ਲਓ ਕੋਈ ਮੋਟੀਆਂ ਲਾਚੀਆਂ ਪਾ ਲਓ ਤੇਲ 'ਚ ਸਰੋਂ ਦੇ ਹਾਂਜੀ ਉਹਨੂੰ ਸਾੜ ਲਓ ਅੱਧਾ ਕਿਲੋ 'ਚ ਪਾ ਲਓ ਉਹ ਦਾਣੇ ਦੇ ਉੱਤੇ ਲਾ ਕੇ ਦੇ ਕੋਸ਼ਿਸ਼ ਕਰੋ ਜੇ ਕੋਈ ਦਾਣੇ ਤੇ ਕਿਉਂ ਲਾਉਣਾ ਰੋਟੀ ਪਕਾਉਣੀ ਹੈ ਉਹਦੀ ਅੱਛਾ ਬਾਸ ਟਾਈਮ ਲੋਕ ਦਾਣੇ ਦੇ ਉੱਤੇ ਵੀ ਲਾ ਦਿੰਦੇ ਨਹੀਂ ਉਹ ਨਹੀਂ ਖਾਂਦੇ ਫਿਰ ਉਹ ਨਹੀਂ ਸਹੀ ਉਹ ਇਕੱਠੇ 'ਚ ਰੋਲਦਾ ਫਿਰਦਾ ਸਿਰਫ ਰੋਟੀ ਉਹਦੀ ਜਿਹੜੀ ਟਿੱਕੀ ਬਣਦੀ ਹੈ ਲੌਂਗ ਪਾਣੀਆਂ ਨੇ ਦੋ ਮੋਟੀਆਂ ਲਾਚੀਆਂ ਪਾ ਲੋ ਪੰਜ ਛੇ ਲੌਂਗਾਂ ਪਾ ਲੋ ਪੰਜ ਛੇ ਲੌਂਗ ਪਾ ਲੋ ਕੋਈ ਦਾਲਚੀਨੀ ਇੰਨੀ ਕੁ ਪਾ ਲੋ ਉਹਨੂੰ ਕਾੜ ਲਵੋ ਤੇ ਇਹ ਤੁਹਾਡੇ ਉਸਤਾਦ ਉਸਤਾਦ ਮੌਲਵੀ ਜੀਰਾ ਸਾਹਿਬ ਨੇ ਦੱਸਿਆ ਹਾਂਜੀ ਹਾਂਜੀ ਹਾਂ ਸਾਰੇ ਪਾ ਮੌਲਵੀ ਜੀਰਾ ਸਾਹਿਬ ਨੇ ਉਹਨਾਂ ਦੀ ਉਹਨਾਂ ਦੀ ਮਿਹਰਬਾਨੀ ਨਾਲ ਅਸੀਂ ਡਾਊਨ ਡੂਨ ਲੱਗੇ ਸਾਂ ਨਹੀਂ ਤੇ ਸਾਨੂੰ ਪਤਾ ਹੀ ਨਹੀਂ ਸੀ ਕਬੂਤਰਬਾਜ਼ੀ ਤੋਂ ਹਟ ਕੇ ਵੀ ਨਾ ਅੱਬੂ ਤੇ ਚੱਲ ਉਸਤਾਦ ਹਰ ਬੰਦਾ ਕਹਿੰਦਾ ਬੜੇ ਚੰਗੇ ਹਨ ਮੈਂ ਹੋਰ ਵੀ ਬੰਦੇ ਬਹੁਤ ਸਿਫਤ ਕਰਦੇ ਨੇ ਯਾਨੀ ਸਾਡਾ ਉਸਤਾਦ ਜਿਹੜਾ ਸੀ ਨਾ ਉਦੋਂ ਚਾਰ ਉਸਤਾਦ ਸਨ ਜਿਹੜਾ ਸਾਧਕ ਟੋਕੇ ਵਾਲਾ ਸੀ ਉਹ ਸਾਡੇ ਉਸਤਾਦ ਭਾਈ ਸੀ ਸਾਡੇ ਉਸਤਾਦ ਦਾ ਤੇ ਉਹ ਫੜਨ ਤੇ ਗਿਆ ਹਾਂ ਅਸੀਂ ਟੋਕੇ ਵਾਲੇ ਨੂੰ ਸਾਧਕ ਨੂੰ ਉਹ ਫਿਰ ਆਖਣ ਲੱਗੇ ਉਹ ਸੀ ਉੱਤੇ ਉਹਦੇ ਕਬੂਤਰੀ ਆਈ ਸੀ ਚੀਨੀ ਕਬੂਤਰੀ ਸੀ ਉਹ ਆਈ ਉਹਨੂੰ ਸਾਹਮਣਾ ਸੀ ਖੁੱਡੇ ਦੇ ਬੂਹੇ ਅੱਗੇ ਬੈਠਾ ਤੇ ਸਾਨੂੰ ਆਂਦਾ ਆਓ ਕਿੱਧਰ ਆਏ ਹੋ ਅਸੀਂ ਆਖਿਆ ਤੁਹਾਨੂੰ ਉਸਤਾਦ ਫੜਨ ਆਇਆ ਤੇ ਉਹਨੇ ਆਖਿਆ ਥੱਲੇ ਮੌਲਵੀ ਸਾਹਿਬ ਬੈਠੇ ਨੇ ਉਹਨਾਂ ਨੂੰ ਫੜੋ ਇਹ ਮੇਰੇ ਵੱਡੇ ਭਰਾ ਨੇ ਵਾਹ ਉਹ ਅਸੀਂ ਫਿਰ ਉਹਨਾਂ ਨਾਲ ਹੀ ਲੱਗ ਰਾਬਤਾ ਹੋ ਗਿਆ ਬਜ਼ੁਰਗੋ ਅੱਜ ਕੱਲ੍ਹ ਵੀ ਲੋਕੀ ਗਰਮ ਪਾਣੀ ਪੂਣੀ ਪਾਉਂਦੇ ਨੇ ਕਬੂਤਰਾਂ ਨੂੰ ਤੁਸੀਂ ਸਮਝਦੇ ਹੋ ਕਿ ਪਾਣੀ ਪਾ ਦਿਓ ਤਾਂ ਕੋਈ ਅਰਜ ਨਹੀਂ ਗਾ ਫਾਇਦਾ ਹੀ ਹੈ ਮਸਾਲ ਹੈ ਪਰ ਜ਼ਿਆਦਾ ਇਹਨਾਂ ਨਾ ਪਾਈ ਜਾਓ ਮੁੜ ਕੇ ਫਿਰ ਬਹੁਤੀਆਂ ਬੁਕਲਾ ਮਾਰਨ ਲੱਗ ਪੈਣਗੇ ਪਰ ਪਟਾਈ ਚ ਵੀ ਮਸਾਲ ਦਿੱਤੀ ਹੈ ਘਿਓ ਸੜਿਆ ਸਵਾਹ ਤੇਲ ਸੜਿਆ ਘਿਓ ਅੱਛਾ ਹਾਂਜੀ ਇਹ ਵੱਡਿਆਂ ਨੇ ਮਿਸਾਲ ਦਿੱਤੀ ਜਿਮੀਦਾਰਾਂ 'ਚ ਮਿਸਾਲ ਹੈ ਘਿਓ ਸੜਿਆ ਸਵਾਹ ਤੇਲ ਸੜਿਆ ਘਿਓ ਤੇਲ 'ਚ ਗੁੰਨੋ ਆਟਾ ਵੀ ਤੇ ਉਹਦਾ ਹੀ ਚੋਪੜਾ ਚੋਪੜੋ ਨਾ ਵੀ ਚੋਪੜੋ ਉਤੋਂ ਉਹ ਜਿਹੜਾ ਵਿੱਚ ਗੁੰਨਿਆ ਉਹ ਹੀ ਬੜਾ ਕਾਫੀ ਅਸੀਂ ਰਾਤ ਦੀ ਆਟਾ ਉਹਦੇ 'ਚ ਗੁੰਨ ਕੇ ਪੇੜਾ ਘਿਓ 'ਚ ਉਹਦੇ ਤੇਲ 'ਚ ਰਹਿੰਦਾ ਸਵੇਰੇ ਉਹਦੀ ਰੋਟੀ ਪਕਵਾ ਲਈ ਦੀ ਰਾਤ ਪੂਰਾ ਰੱਖਣਾ ਤਾਕਤ ਰਹਿ ਰੱਚ ਮਿਚ ਕਿਉਂਕਿ ਕਾੜਾ ਜੀ ਤੁਸੀਂ ਬਣਾ ਲਿਆ ਭਾਵੇਂ ਸਵੇਰੇ ਆਟਾ ਉਹਦੇ ਚ ਗੁੰਨ ਕੇ ਰੋਟੀ ਪਕਵਾ ਲਓ ਕੱਚਾ ਆਟਾ ਨਹੀਂ ਹੁੰਦਾ ਉਹਦੇ ਵਿੱਚ ਪਾ ਕੇ ਪੇੜਾ ਉਹਦਾ ਬਣਾ ਲਓ ਨਾਲ ਪਾਣੀ ਲੱਗਦਾ ਜੇ ਪੇੜਾ ਤਾਂ ਬਣਨਾ ਨਾਲ ਥੋੜਾ ਥੋੜਾ ਪਾਣੀ ਲੱਗਦਾ ਜੇ ਆਟੇ ਨੂੰ ਹਾਂ ਫਿਰ ਉਹ ਫਿਰ ਹੀ ਗੁੰਨੇ ਹਾਂ ਫਿਰ ਹੀ ਉਹ ਪੇੜਾ ਬਣਦਾ ਤੇ ਜੇ ਦੋ ਕੁ ਢੱਕਣ ਪਾ ਲਈਏ ਕੀ ਤੇਲ ਦੇ ਢੱਕਣ ਗਾ ਬਜ਼ੁਰਗੋ ਜਿਹੜੇ ਕਬੂਤਰ ਤੁਸੀਂ ਆਪਣੀ ਬਰੀਡ ਚ ਪਾਉਂਦੇ ਹੋ ਕਿ ਯਾਰ ਐ ਚਲੋ ਇੱਧਰ ਆ ਜਾ ਬਹਿ ਜਾ ਬਾਹਰਲਾ ਕਬੂਤਰ ਹੈ ਮੈਂ ਕਬੂਤਰ ਵੀ ਵਹਾਵਾਂ ਦਾਣਾ ਇਹਨਾਂ ਨੂੰ ਪਾਉਣਾ ਹਾਂ ਤੇ ਬਾਹਰਲਾ ਕਬੂਤਰ ਹੈ ਇਹਨੂੰ ਮੈਂ ਆਪਣੇ ਕਬੂਤਰਾਂ ਚ ਪਾਣਾ ਤੇ ਉਹ ਕਿਹੋ ਜਿਹਾ ਹੋਣਾ ਚਾਹੀਦਾ ਜਿਹੋ ਜਿਹਾ ਮਰਜ਼ੀ ਹੋਵੇ ਕੋਈ ਗੱਲ ਨਹੀਂ ਨਹੀਂ ਉਹਦੇ ਤੋਂ ਮੁਰਾਦ ਅੱਛਾ
ਪੁਆਇੰਟਾਂ ਸ਼ਾਇੰਟਾਂ ਦੇ ਹਿਸਾਬ ਨਾਲ ਹੋਣਾ ਚਾਹੀਦਾ, ਉੱਡਿਆ ਅੱਛਾ ਹੋਣਾ ਚਾਹੀਦਾ। ਸੁਰਖੀ ਭਾਓ